ਆਈ ਲਾਲ ਸਿੰਘ ਦਾ ਪ੍ਰਸੰਗ ਸਰਮ ਕਰਾਉਣ ਲੱਗੇ ਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤਖਤ ਤੇ ਬਿਰਾਜਮਾਨ ਸਨ, ਉਹਨਾਂ ਭਰੀ ਸੰਗਤ ਚ ਐਲਾਨ ਕੀਤਾ ਵੀ ਜਿਹਨੇ ਅੱਜ ਤੋਂ ਬਾਅਦ ਸਾਡੇ ਦਰਬਾਰ ਚ ਆਉਣਾ ਨਾ, ਉਹ ਇਸ ਮਾਇਆ ਦੀ ਜਗ੍ਹਾ ਤੇ ਜੰਗੀ ਸ਼ਸਤਰ ਲੈ ਕੇ ਆਵੇ। ਜਿਹੜਾ ਸਾਨੂੰ ਨੇਜੇ ਢਾਲਾਂ ਬੰਦੂਕਾਂ ਬਰਛੇ ਭੇਟ ਕਰੇਗਾ ਉਹਦੇ ਉੱਤੇ ਸਾਡੀ ਅਤੀ ਪ੍ਰਸੰਨਤਾ ਹੋਏਗੀ। ਇਸ ਗੱਲ ਨੂੰ ਭਾਈ ਲਾਲ ਸਿੰਘ ਨੇ ਸੁਣਿਆ, ਜੋ ਇੱਕ ਮਿਸਤਰੀ ਸਿੰਘ ਸੀ ਤੇ ਕਾਰੇ ਗਰੇ ਦਾ ਕੰਮ ਕਰਿਆ ਕਰਦਾ ਸੀ। ਉਹਨੇ ਮਹਾਰਾਜ ਵਾਸਤੇ ਤਿੰਨ ਸ਼ਸਤਰ ਤਿਆਰ ਕੀਤੇ, ਇੱਕ ਨੇਜਾ, ਇੱਕ ਢਾਲ ਤੇ ਇੱਕ ਤਲਵਾਰ। ਤਿੰਨੇ ਸ਼ਸਤਰ ਲੈ ਕੇ ਮਹਾਰਾਜ ਦੇ ਹਾਜ਼ਰ ਹੋਇਆ, ਨਮਸਕਾਰ ਕੀਤੀ। ਮਹਾਰਾਜ ਨੇ ਪਹਿਲਾਂ ਨੇਜਾ ਵੇਖਿਆ, ਆਖਿਆ ਉਹ ਭਾਈ ਲਾਲ ਸਿੰਘਾ ਤੇਰਾ ਨੇਜਾ ਬੜਾ ਵਧੀਆ। ਸਤਿਗੁਰ ਪਾਤਸ਼ਾਹ ਨੇ ਇਹ ਨੇਜਾ ਲਾ ਕੇ ਖਲੋਤੇ ਭਾਈ ਆਲਮ ਸਿੰਘ ਨੂੰ ਫੜਾਤਾ। ਆਲਮ ਸਿੰਘ ਇੱਕ ਉਹ ਗੁਰੂ ਕਾ ਸਿੱਖ ਸੀ ਜਿਹਨੂੰ ਦੋ ਘੰਟਿਆਂ ਤੋਂ ਕਿਸੇ ਨੇ ਵੱਧ ਨਹੀਂ ਸੀ ਸੁੱਤਿਆਂ ਵੇਖਿਆ। ਇਹ ਫਰਤੀਲਾ ਇੰਨਾ ਸੀ ਵੀ ਜੇ ਕਿਤੇ ਦੁਸ਼ਮਣ ਦਾ ਘੇਰਾ ਉਹਨੂੰ ਪੈ ਜਾਣਾ ਨਾ, ਅੱਠ ਅੱਠ ਫੁੱਟ ਉੱਚੀ ਛਾਲ ਮਾਰ ਕੇ ਤੇ ਘੇਰੇ ਦੇ ਵਿੱਚੋਂ ਨਿਕਲ ਜਾ ਕਰਦਾ ਸੀ। ਸੱਚ ਹੈ, ਸਤਿਗੁਰੂ ਨੇ ਨੇਜਾ ਇਹਨੂੰ ਫੜਾਇਆ। ਫਿਰ ਸਤਿਗੁਰਾਂ ਨੇ ਤਲਵਾਰ ਵੇਖੀ, ਆਖਿਆ ਤੇਰੀ ਤਲਵਾਰ ਵੀ ਬੜੀ ਵਧੀਆ। ਫਿਰ ਸਾਹਿਬਾਂ ਨੇ ਢਾਲ ਵੇਖੀ ਤੇ ਢਾਲ ਨੂੰ ਸਤਿਗੁਰ ਨੇ ਤੀਰ ਦੇ ਨਾਲ ਟਣਕਾ ਕੇ ਵੇਖਿਆ, ਆਖਿਆ ਵਾਹ ਵਾਹ ਲਾਲ ਸਿੰਘਾ ਵਾਹ ਪੁੱਤਰਾ, ਢਾਲਾਂ ਤੇ ਮੈਂ ਪਹਿਲਾਂ ਵੀ ਬੜੀਆਂ ਵੇਖੀਆਂ, ਪਰ ਜਿਹੜੀ ਤੂੰ ਢਾਲ ਲੈ ਕੇ ਆਇਆ ਨਾ, ਇਸ ਢਾਲ ਨੂੰ ਤੇ ਮੈਂ ਆਪਣੇ ਕਮਰ ਕਸੇ ਚ ਰੱਖੂਗਾ। ਜਦੋਂ ਕਿਸੇ ਦੀ ਸੋਭਾ ਹੋਵੇ ਤੇ ਉਹਨੂੰ ਫਿਰ ਹੋਮੇ ਨਾ ਆਵੇ, ਇਹ ਤੇ ਕੋਈ ਵਿਰਲਾ ਮਨੁੱਖ ਜੇ। ਆਂਦਾ ਮਹਾਰਾਜ ਜੀ ਇਹ ਢਾਲ ਮੈਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਆ, ਜੇ ਕੋਈ ਆਖੇ ਨਾ ਦੀ ਇਹਦੇ ਵਿੱਚੋਂ ਗੋਲੀ ਮਾਰ ਕੇ ਕੱਢ ਦਈਏ, ਮਹਾਰਾਜ ਕੋਈ ਗੋਲੀ ਨਹੀਂ ਕੱਢ ਸਕਦਾ। ਸਤਿਗੁਰੂ ਕਹਿਣ ਲੱਗੇ ਕੋਈ ਵੀ, ਆਂਦਾ ਕੋਈ ਵੀ ਪਰਖ ਕਰਕੇ ਵੇਖ ਲਓ। ਹੋਮੇ ਭਾਈ ਲਾਲ ਸਿੰਘ ਨੇ ਕੀਤੀ ਨਾ, ਹੋਮੇ ਬੁਰੀ ਬਲਾ ਹੈ, ਖੁਦਾ ਬਚਾਏ ਖੁਦਾ ਬਚਾਏ। ਇਹ ਤੇ ਵੱਡੇ ਵੱਡੇ ਮੁਨੀਆਂ ਤੋਂ ਨਹੀਂ ਮਰਦੀ, ਮਾਨ ਮੁਨੀ ਮੁਨਮਰ ਗਲੇ ਮਾਨ ਸਮਾਨ ਸਮੇ ਕੋ ਖਾਏ। ਭਾਈ ਲਾਲ ਸਿੰਘ ਨੇ ਜਦੋਂ ਮਾਣ ਕੀਤਾ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਢਾਲ ਜਿਹੜੀ ਵਗਾ ਕੇ ਲਾਲ ਸਿੰਘ ਵੱਲੇ ਮਾਰੀ। ਮਹਾਰਾਜ ਹੁਣੇ ਤੇ ਆਂਦੇ ਸੀ ਵੀ ਇਹ ਢਾਲ ਬੜੀ ਵਧੀਆ, ਇਹਨੂੰ ਮੈਂ ਆਪਣੇ ਕਮਰ ਕਸੇ ਚ ਰੱਖੂੰਗਾ, ਇਹਦੇ ਵਰਗੀ ਅੱਗੇ ਢਾਲ ਨਹੀਂ ਵੇਖੀ। ਮਹਾਰਾਜ ਦੋ ਮਿੰਟਾਂ ਚ ਇਹਨੂੰ ਕੀ ਤੇੜ ਆ ਗਈ ਆ। ਸਤਿਗੁਰੂ ਕਹਿਣ ਲੱਗੇ ਭਾਈ ਲਾਲ ਸਿੰਘਾ, ਜਦੋਂ ਤੂੰ ਢਾਲ ਨੂੰ ਲੈ ਕੇ ਆਇਆ ਸਾਂ ਨਾ, ਤੇਰੀ ਢਾਲ ਉਦੋਂ ਸੇਵਾ ਦੇ ਨਾਲ ਸੁਗੰਧਿਤ ਸੀ, ਉਦੋਂ ਇਹਦੇ ਵਿੱਚੋਂ ਸੇਵਾ ਦੀ ਸੁਗੰਧ ਹੀ ਆਉਂਦੀ ਸੀ, ਹੁਣ ਇਹਦੇ ਵਿੱਚੋਂ ਹੋਮੇ ਦੀ ਦੁਰਗੰਧ ਹੀ ਆਉਂਦੀ ਆ, ਤੇਰੀ ਢਾਲ ਨੇ ਇੱਥੇ ਕੰਮ ਨਹੀਂ ਕਰਨਾ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ, ਦੋਏ ਨਾ ਵਸੇ ਇੱਕ ਥਾਏ। ਹੋਮੇ ਤੇ ਰੱਬ ਦਾ ਪਿਆਰ ਸਿੰਘੋ ਇੱਕ ਹਿਰਦੇ ਵਿੱਚ ਰਹਿ ਨਹੀਂ ਸਕਦਾ। ਇੱਕ ਮੂਸਾ ਪੈਗੰਬਰ ਹੋਇਆ ਮੁਸਲਮਾਨਾਂ ਦੀ ਤਾਰੀਖ ਵਿੱਚ, ਉਹਦੀ ਰੋਜ਼ ਹੀ ਰੱਬ ਨਾਲ ਮੁਲਾਕਾਤ ਹੁੰਦੀ ਸੀ, ਅੱਜ ਉਹਨੂੰ ਮਾਣ ਆ ਗਿਆ, ਉਹ ਕੋਈ ਮੇਰੇ ਅੱਗੇ ਪੈਗੰਬਰ ਵੀ ਹੈ ਜਿਹੜਾ ਰੋਜ਼ ਹੀ ਰੱਬ ਨਾਲ ਗੱਲਾਂ ਕਰਦਾ। ਮਾਣ ਆ ਗਿਆ, ਖਜੂਰ ਦਾ ਗੁੜ ਖਾ ਲਿਆ ਤੇ ਇੱਕ ਪਹਾੜੀ ਤੇ ਚੜ ਕੇ ਸੌ ਗਿਆ। ਪਹਿਲਾਂ ਗੁੜ ਖਜੂਰ ਦਾ ਆਇਆ ਕਰਦਾ ਸੀ, ਸਿਕੰਦਰ ਦੇ ਬੰਦਿਆਂ ਨੇ ਚਰੀ ਤੋਂ ਕਾਢ ਕੱਢੀ, ਫਿਰ ਗੰਨੇ ਦਾ ਗੁੜ ਆਇਆ। ਜਿੱਥੇ ਉਹ ਸੁੱਤਾ ਨਾ, ਉੱਥੇ ਕੀੜੀਆਂ ਦਾ ਭੌਣ ਬੜਾ ਤਕੜਾ ਸੀ। ਆਂਦਾ ਵੀ ਜਦੋਂ ਮੇਰੀ ਰੱਬ ਨਾਲ ਅੱਜ ਮੁਲਾਕਾਤ ਹੋਈ ਨਾ, ਤੇ ਰੱਬ ਨੂੰ ਇੱਕ ਲਾਮਾ ਦੇਣਾ, ਉਹ ਰੱਬਾ
ਜਿਹੜਾ ਤੂੰ 84 ਦੀ ਕਾਇਨਾਤ ਵਿੱਚ ਨਿੱਕੀਆਂ ਨਿੱਕੀਆਂ ਕੀੜੀਆਂ ਬਣਾਤੀਆਂ, ਇਹਨਾਂ ਨੇ ਮੈਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ, ਭਲਾ ਇਹਨਾਂ ਦੇ ਬਣਾਉਣ ਖਲੋ ਤੇਰਾ ਕੀ ਸੁਣਿਆ ਸੀ? ਕਹਿੰਦਾ ਵੀ ਰੱਬ ਨੂੰ ਲਾਮਾ ਦਊਂਗਾ। ਦਿਨ ਚੜਿਆ ਉਹਨੇ ਫਰਿਸ਼ਤੇ ਨੂੰ ਆਖਿਆ ਜਰਾ ਮੇਰੀ ਰੱਬ ਨਾਲ ਮੁਲਾਕਾਤ ਕਰਾ। ਉਹਨੇ ਆਖਿਆ ਠਹਿਰ ਜਾ, ਅਜੇ ਕੋਈ ਫਰਿਆਦੀ ਅੰਦਰ ਫਰਿਆਦ ਕਰਨ ਡਿਆ। ਕਹਿੰਦਾ ਉਹ ਕਮਾਲ ਦੀ ਬਾਤ ਆ, ਦੁਨੀਆਂ ਵਿੱਚ ਇਹ ਗੱਲ ਪ੍ਰਚਲਿਤ ਵਾ ਵੀ ਮੂਸੇ ਤੋਂ ਬਿਨਾਂ ਰੱਬ ਨੂੰ ਹੋਰ ਕੋਈ ਮਿਲਿਆ ਨਹੀਂ, ਫਰਿਆਦੀ ਅੰਦਰ ਤੇ ਮੈਂ ਬਾਹਰ। ਆਂਦਾ ਮੇਰੇ ਮੰਨਣ 'ਚ ਨਹੀਂ ਗੱਲ ਆਉਂਦੀ। ਉਹਨੇ ਆਖਿਆ ਜਰਾ ਪਰਦੇ ਨਾਲ ਕੰਨ ਦੇ ਲਾ ਕੇ ਵੇਖ। ਜਦੋਂ ਉਹਨੇ ਪਰਦੇ ਨਾਲ ਕੰਨ ਲਾਇਆ ਤੇ ਅੰਦਰ ਕੀੜੀਆਂ ਫਰਿਆਦ ਕਰਨ ਡੀਆਂ ਤੇ ਆਖਣ ਡੀਆਂ, ਹੇ ਪਰਮੇਸ਼ਰ ਵਾਹਿਗੁਰੂ, ਜਿਹੜਾ ਤੂੰ ਇੰਨੀ ਮਿੱਟੀ ਲਾ ਕੇ ਐਡਾ ਤਕੜਾ ਮੂਸਾ ਬਣਾਤਾ ਈ, ਇਹਨੇ ਰਾਤ ਲਸ਼ਕਰਾਂ ਦੇ ਲਸ਼ਕਰ ਕੀੜੀਆਂ ਲੇਟ ਲੇਟ ਕੇ ਤਬਾਹ ਕਰਤੀਆਂ। ਉਹ ਇੰਨੀ ਮਿੱਟੀ ਦੀਆਂ ਤੇ ਕਰੋੜਾਂ ਕੀੜੀਆਂ ਬਣ ਜਾਣੀਆਂ ਸੀ ਜਿਨ੍ਹਾਂ ਨੇ ਤੇਰਾ ਨਾਮ ਜਪਣਾ ਸੀ। ਇਹਦੇ ਬਣਾਉਣ ਖਲੋ ਤੇਰਾ ਕੀ ਸੁਣਿਆ ਸੀ? ਹਉਮੈ ਬੁਰੀ ਚੀਜ਼ ਹੈ, ਕੋਈ ਨਵਾਂ ਨਵਾਂ ਸਾਧ ਬਣਿਆ। ਆਂਦਾ 100 ਕਿੱਲੇ ਨੂੰ ਛੱਡ ਕੇ ਤੇ ਫਿਰ ਸਾਧ ਬਣਿਆ, ਕਰੋੜ ਦੀ ਕੋਠੀ ਨੂੰ ਲੱਤ ਮਾਰ ਕੇ ਫਿਰ ਸਾਧ ਬਣਿਆ, ਐਵੇਂ ਨਹੀਂ ਬਣਿਆ। ਕੋਈ ਸਿਆਣਾ ਬਜ਼ੁਰਗ ਕੰਬਲ ਦੀ ਬੁੱਕਣ ਮਾਰ ਕੇ ਬੈਠਾ ਸੀ, ਉਹਨੇ ਆਖਿਆ ਉਹ ਕਾਕਾ ਤੂੰ ਲੱਤ ਤੇ ਮਾਰੀ ਪਰ ਤੈਨੂੰ ਲੱਤ ਮਾਰਨੀ ਨਾ ਆਈ, ਕੋਠੀ ਤੇਰੀ ਲੱਤ ਦੇ ਨਾਲ ਹੀ ਚਿੰਬੜ ਗਈ। ਉਹਨੇ ਆਖਿਆ ਕਿਉਂ? ਪਿੰਡ ਜਾ ਕੇ ਵੇਖ ਲਓ। ਉਹਨੇ ਆਖਿਆ ਪਿੰਡ ਜਾਣ ਦੀ ਲੋੜ ਹੀ ਨਹੀਂ, ਜੇ ਤੂੰ ਕਿਤੇ ਸਾਧ ਬਣ ਜਾਣਾ ਨਾ, ਤੈਨੂੰ ਆਖਣ ਦੀ ਲੋੜ ਨਹੀਂ ਸੀ, ਸਾਧ ਤੇ ਸੁਧਰੇ ਦਾ ਨਾਮ ਤੇ ਤੇਰੇ ਅੰਦਰ ਤੇ ਹਉਮੈ ਬੋਲਦੀ ਆ। ਲਾਲ ਸਿੰਘਾ ਗੋਲੀ ਬੜੀ ਬੁਰੀ ਬਲਾਈ, ਜਿੱਥੇ ਵੱਜਦੀ ਉੱਥੇ ਛੱਡਦੀ ਕੁਝ ਨਹੀਂ ਗੀ, ਤੇਰੀ ਢਾਲ ਨੇ ਇੱਥੇ ਕੰਮ ਨਹੀਂ ਕਰਨਾ, ਇੱਥੇ ਤੇ ਬੜੇ ਬੜੇ ਤਕੜੇ ਜੋਧੇ ਬੈਠੇ ਆ। ਮਹਾਰਾਜ ਕਿਹੋ ਜੇ ਜੋਧੇ ਆ? ਮੇਰਾ ਸਿੰਘ ਕਿਤੇ ਇੱਕ ਥੱਪੜ ਮਾਰ ਦੇਣਾ, ਤੇਰੀ ਢਾਲ ਦੇ ਹਜ਼ਾਰਾਂ ਠੀਕਰੇ ਕਰਕੇ ਰੱਖ ਦੇ। ਇੱਥੇ ਤੇ ਉਹ ਜੋਧੇ ਬੈਠੇ ਆ ਜਿਹੜੇ 7-7 ਤਵੀਆਂ ਨੂੰ ਪਾੜ ਕੇ ਤੇ ਹਾਥੀ ਦਾ ਮੱਥਾ ਵਿੰਨ ਦਿੰਦੇ ਆ। ਤੂੰ ਗੱਲਾਂ ਢਾਲਦੀਆਂ ਕਰਦਾ, ਜਾ ਇਹਨੂੰ ਹੋਰ ਲੋਹਾ ਥੱਪ ਲਾ, ਇਹਨੂੰ ਹੋਰ ਆਬਾਂ ਦੇ ਲਾ, ਇਹਨੂੰ ਹੋਰ ਟੈਂਪਰ ਦੇ ਲਾ। ਦਿਨ 14ਵੇਂ ਨੂੰ ਲੈ ਕੇ ਆਈ ਕਿਸੇ ਸਿੱਖ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰਖ ਕਰਾਂਗੇ। ਵਾਹ, ਸਿਆਣੇ ਵਿਦਵਾਨ ਬੈਠੇ ਜੇ ਇਤਿਹਾਸ ਨਾਲ ਮਸ ਰੱਖਦੇ ਜੇ, ਸੈਕਟਰੀ ਸਾਹਿਬ ਬਹੁਤ ਸਿਆਣੇ ਆ, ਗੁਰੂ ਕਿਰਪਾ ਕਰੇ ਬਹੁਤ। ਕੋਈ ਇਤਿਹਾਸਕਾਰ ਉਹਨੂੰ ਗੈਂਡੇ ਦੀ ਢਾਲ ਵੀ ਦੱਸਦੇ ਆ, ਕਿਉਂਕਿ ਗੈਂਡੇ ਦੀ ਢਾਲ ਤੋਂ ਗੋਲੀ ਤਿਲਕ ਜਾਂਦੀ। ਰਹੋ ਵਿਚਾਰ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨੂੰ ਪੱਕੀ ਕਰਕੇ ਲਿਆਈ ਤੇ ਫਿਰ ਇਹਦੀ ਪਰਖ ਕਰਾਂਗੇ। ਜਿਸ ਵੇਲੇ ਭਾਈ ਲਾਲ ਸਿੰਘ ਘਰ ਗਿਆ, ਘਰ ਵਾਲੀ ਬੀਬੀ ਚਰਨਾ ਬੜੀ ਸਿਆਣੀ ਸੀ, ਜਿਹਨੂੰ ਗੁਰਮੁਖ ਦੀ ਸੂਝ ਬੂਝ ਸੀ, ਆਪਣੇ ਪਤੀ ਨੂੰ ਪੁੱਛਦੀ। ਪਤੀ ਦੇਵ ਜੀ ਆਨੰਦਪੁਰ ਸਾਹਿਬ ਬਾਜਾਂ ਵਾਲੇ ਦੇ ਦਰਬਾਰ 'ਚ ਗਏ ਸੀ ਤੇ ਗੁਰੂ ਨੇ ਤੁਹਾਡੇ ਤੇ ਕੀ ਬਖਸ਼ਾਂ ਕੀਤੀਆਂ? ਆਂਦਾ ਕਰਮਾਂ ਵਾਲੀਏ, ਮੇਰੀ ਗੁਰੂ ਨੇ ਤੇ ਸੇਵਾ ਸਫਲ ਕਰ ਲਈ ਸੀ ਪਰ ਮੇਰੀ ਹਉਮੈ ਨੇ ਮੱਤ ਮਾਰ ਲਈ, ਮੈਂ ਆਪਣਿਆਂ ਪੈਰਾਂ ਤੇ ਆਪੇ ਕੁਹਾੜਾ ਮਾਰ ਲਿਆ। ਉਹਨੇ ਆਖਿਆ ਗੱਲ ਕੀ ਬਣੀ? ਆਂਦਾ ਗੁਰੂ ਸਾਹਿਬ ਨੇ ਢਾਲ ਦੀ ਬੜੀ ਸਿਫਤ ਕੀਤੀ ਪਰ ਮੈਂ ਮਾਣ ਵਿੱਚ ਇਹ ਆਖ ਬੈਠਾ ਵੀ ਮਹਾਰਾਜ ਇਹ ਢਾਲ ਬੜੀ ਪੱਕੀ, ਇਹਦੇ ਵਿੱਚੋਂ ਕੋਈ ਗੋਲੀ ਨਹੀਂ ਕੱਢ ਸਕਦਾ।
ਤੇ ਮਹਾਰਾਜ ਕਹਿਣ ਲੱਗੇ ਨੂੰ ਚੰਗੀ ਧਰਨ ਪੱਕੀ ਕਰਕੇ ਲਿਆਈ, ਕਿਸੇ ਸਿੱਖ ਦੇ ਕੋਲੋਂ ਨਿਸ਼ਾਨਾ ਮਾਰ ਕੇ ਤੇਰੀ ਢਾਲ ਪਰਖਾਂਗੇ। ਵਾਹ। ਘਰਵਾਲੀ ਨੇ ਆਖਿਆ, ਪਤੀ ਦੇਵ ਜੀ ਤੈਨੂੰ ਪਤਾ ਨੀ ਤੂੰ ਕਿਹੜੇ ਦਰਬਾਰ ਚ ਗਿਆ ਸਾਂ। ਉਹ ਕਲਗੀਆਂ ਵਾਲੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਜੇ ਚਾਹੁਣ ਤੇ ਉਹ ਤੇ ਪਹਾੜਾਂ ਦੀਆਂ ਚੋਟੀਆਂ ਥਾਲੀ ਗੋਲੀਆਂ ਕੱਢ ਸਕਦੇ ਆ, ਤੇ ਤੂੰ ਢਾਲ ਦਾ ਹੀ ਮਾਣ ਕਰ ਲਿਆ। ਇੰਨਾ ਸ਼ਰਮਸ਼ਾਰ ਹੋਇਆ, ਅੰਦਰ ਵੜ ਗਿਆ ਤੇ ਦੋ ਦਿਨ ਲਾਲ ਸਿੰਘ ਨੇ ਰੋਟੀ ਨੀ ਖਾਧੀ। ਫਿਰ ਕੋਈ ਰੱਬ ਦਾ ਪਿਆਰਾ ਮਿਲ ਗਿਆ, ਤੇ ਰੱਬ ਦਿਆਂ ਪਿਆਰਿਆਂ ਨੂੰ ਪਤਾ ਹੁੰਦਾ ਰੱਬ ਨਾਲੋਂ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨਾ ਕਿੱਦਾਂ। ਗੁਰਮੁਖ ਜੋੜਦੇ ਆ ਤੇ ਸਾਕਤ ਤੋੜਦੇ ਆ। ਜਿਸ ਤਰ੍ਹਾਂ ਕੇਲੇ ਦੇ ਰੁੱਖ ਲਾਗੇ ਕੋਈ ਬੇਰੀ ਦਾ ਰੁੱਖ ਖਲੋਵੇ, ਹਵਾ ਆਉਂਦੀ ਆ ਕੇਲੇ ਦੇ ਹਰੇ ਹਰੇ ਪੱਤੇ ਝੂਲਦੇ ਆ, ਤੇ ਬੇਰੀ ਦੇ ਕੰਡੇ ਉਹਨਾਂ ਪੱਤਿਆਂ ਨੂੰ ਲੀਰਾ ਲੀਰਾ ਕੜਨ ਦੇ। ਸਾਕਤ ਦਾ ਸੰਗ ਏਡਾ ਮਾੜਾ ਜੀ, ਉਹ ਸਾਕਤ ਤੋੜਦੇ ਆ ਤੇ ਗੁਰਮੁਖ ਜੋੜਦੇ ਆ। ਸਤਿਗੁਰੂ ਕਿਰਪਾ ਕਰੇ ਕਿਸੇ ਮਹਾਂਪੁਰਸ਼ ਦੇ ਨਾਲ ਉਹਦੀ ਸੰਗਤ ਹੋ ਗਈ ਤੇ ਉਹਨੂੰ ਸਾਰੀ ਵਾਰਤਾ ਦੱਸੀ। ਉਹਨੇ ਆਖਿਆ, ਗੁਰੂ ਕੇ ਸਿੱਖਾ ਘਬਰਾਉਣ ਦੀ ਲੋੜ ਨਹੀਂ, ਗੁਰੂ ਬੜਾ ਬਖਸ਼ਾਂਦਾ, ਗੁਰੂ ਭੁੱਲਿਆਂ ਨੂੰ ਫਿਰ ਗੱਲ ਨਾ ਲਾ ਲੈਂਦਾ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਜਨਨੀ ਚੀਤ ਨਾ ਰਾਖ ਸਤੇਤੇ। ਪੁੱਤ ਭਾਵੇਂ ਕਿੰਨੇ ਗੁਨਾਹ ਕਰੇ ਮਾਂ ਉੱਤੇ ਪਰਦਾ ਹੀ ਪਾਉਂਦੀ ਹੈ। ਗੁਰੂ ਗੁਨਾਹਾਂ ਤੇ ਪਰਦਾ ਪਾ ਲੈਂਦਾ, ਏਦਾਂ ਕਰ ਤੂੰ ਹੁਣ ਪੰਜ ਨਿਤਨੇਮੀ ਸਿੰਘ ਲੱਭ, ਵਾਹਿਗੁਰੂ ਜੀ, ਜਿਹੜੇ ਬਾਣੀ ਤੇ ਬਾਣੇ ਵਿੱਚ ਪਰਪੱਕ ਹੋਣ, ਜਿਹੜੇ ਗੁਰੂ ਕੀ ਰਹਿਤ ਵਿੱਚ ਪਰਪੱਕ ਹੋਣ, ਉਹਨਾਂ ਪੰਜਾਂ ਸਿੰਘਾਂ ਨੂੰ ਘਰ ਸੱਦ ਕੇ ਤੇ ਲੰਗਰ ਛਕਾ ਦੇ। ਇੱਕ ਸਿੰਘ ਅਰਦਾਸ ਕਰੂਗਾ, ਜੋ ਤੇਰੇ ਮਨ ਦੀ ਭਾਵਨਾ ਹੋਈ ਉਹ ਲੈ ਕੇ ਬਹਿ ਜੀ, ਉਹ ਤੇਰਾ ਸੰਕਲਪ ਪੂਰਾ ਹੋ ਜਾਊਗਾ। ਵਾਹਿਗੁਰੂ ਸਿੰਘੋ, ਸਾਡੇ ਘਰ ਵਿੱਚ ਕੋਈ ਬਿਪਤਾ ਬਣ ਜੇ, ਕੋਈ ਕੰਮ ਨਾ ਸਿਰੇ ਚੜੇ, ਕੰਮਾਂ ਵਿੱਚ ਵਿਘਨ ਪੈਂਦੇ ਹੋਣ, ਤੇ ਘਬਰਾਉਣ ਦੀ ਲੋੜ ਨਹੀਂ ਤੇ ਪਖੰਡੀਆਂ ਦੇ ਡੇਰਿਆਂ ਤੇ ਜਾਣ ਦੀ ਲੋੜ ਨਹੀਂ। ਤੁਸੀਂ ਹੁਣ ਵੀ ਪੰਜ ਨਿਤ ਨੇਮੀ ਗੁਰੂ ਕੇ ਸਿੰਘ ਲੱਭੋ, ਉਹਨਾਂ ਪੰਜਾਂ ਸਿੰਘਾਂ ਨੂੰ ਘਰ ਵਿੱਚ ਸੱਦ ਕੇ ਅਰਦਾਸ ਕਰਾਓ, ਕੋਈ ਵੀ ਤੁਹਾਡਾ ਕਾਰਜ ਜਿਹੜਾ ਉਹ ਅਧੂਰਾ ਨਹੀਂ ਰਹੇਗਾ। ਤੇ ਮੈਂ ਇਹ ਨਹੀਂ ਆਂਦਾ ਵੀ ਜਦੋਂ ਤੁਹਾਡੇ ਘਰ ਬਿਪਤਾ ਬਣੀ ਲੰਗਰ ਉਦੋਂ ਹੀ ਛਕਾਉਣਾ, ਨਹੀਂ, ਖੁਸ਼ੀ ਵੇਲੇ ਵੀ ਸਿੰਘਾਂ ਨੂੰ ਲੰਗਰ ਛਕਾ ਦਿਆ ਕਰੋ। ਇਹਦੀ ਬਹੁਤ ਵੱਡੀ ਮਹਾਨਤਾ ਹੈ। ਭਾਈ ਲਾਲ ਸਿੰਘ ਨੇ ਪੰਜ ਨਿਤ ਨੇਮੀ ਲੱਭੇ ਸਿੰਘ ਜਿਹੜੇ ਬਾਣੀ ਤੇ ਬਾਣੇ ਵਿੱਚ ਪਰਪੱਕ ਸਨ। ਬੀਬੀ ਚਰਨਾ ਨੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਇਹ ਕਹਿ ਕੇ ਆਟੇ ਵਿੱਚ ਜਲ ਪਾਇਆ ਤੇ ਬਾਣੀ ਪੜ੍ਹ ਕੇ ਲੰਗਰ ਤਿਆਰ ਕੀਤਾ। ਬਾਣੀ ਪੜ੍ਹ ਕੇ ਮੋਬਾਈਲ ਵੇਖ ਕੇ ਨਹੀਂ, ਮੈਂ ਵੇਖਿਆ ਵੀ ਹੁਣ ਤੇ ਆਟਾ ਵੀ ਇੱਕੇ ਹੱਥ ਨਾਲ ਗੁੱਝਦਾ, ਦੂਜੇ ਨਾਲ ਮੋਬਾਈਲ ਹੀ ਚੱਲਦਾ, ਤੇ ਸ਼ਗਨ ਵਾਲਾ ਵੀ ਏਦਾਂ ਹੀ ਕਰਦਾ, ਇੱਕ ਹੱਥ ਨਾਲ ਮੋਬਾਈਲ ਫੇਸਬੁੱਕ ਖੋਲ ਕੇ ਬੈਠਾ ਹੁੰਦਾ। ਪਰ ਕਦੇ ਸੋਚਿਆ ਹੁਣ ਸਾਨੂੰ ਸਾਇੰਸ ਕੀ ਦੱਸ ਰਹੀ ਮੈਡੀਕਲ, ਵੀ ਆਪਣੇ ਹੱਥ ਬਾਰ ਬਾਰ 20 ਸੈਕਿੰਡ ਮਲ ਕੇ ਧੋ ਤੇ ਇਹਨਾਂ ਨੂੰ ਬਾਰ ਬਾਰ ਧੋ, ਤੇ ਜਿੰਨੀ ਵਾਰ ਹੱਥ ਸਾਫ ਕਰਦੇ ਜੇ ਉਹਨਾਂ 19 ਵਾਰ ਇਹ ਜਿਹੜਾ ਮੋਬਾਈਲ ਆ, ਮਾੜਾ ਤਾਂ ਨਹੀਂ ਆਖਣਾ, ਤਾਂ ਕੰਮ ਬੜੇ ਲਈਦੇ ਆ,
ਔਰ ਬਿਮਾਰੀ ਬੜੀ ਤਕੜੀ ਆ। ਉਹਦੇ ਤੁਸੀਂ ਮੂੰਹ ਦੇ ਲਾਗੇ ਖੜਦੇ ਜੀ, ਤੇ ਕਿੰਨਾ ਵਾਇਰਸ ਕਿੰਨਾ ਬੈਕਟੀਰੀਆ ਇਹਨੂੰ ਲੱਗਾ ਹੁੰਦਾ ਕਦੇ ਤੁਸੀਂ ਸੋਚਿਆ ਨਹੀਂ। ਉਨੀ ਵਾਰ ਇਹਨੂੰ ਸੈਨੇਟਾਈਜ਼ਰ ਕਰੋ। ਤੇ ਗੁਰਸਿੱਖੀ ਦੀ ਮਰਿਆਦਾ ਹੈ ਕਿ ਗੁਰੂ ਕਾ ਸਿੱਖ ਛਕਣ ਤੋਂ ਪਹਿਲਾਂ ਵੀ ਆਪਣੇ ਹੱਥ ਸੁੱਚੇ ਕਰਦਾ ਤੇ ਛਕਣ ਤੋਂ ਬਾਅਦ 'ਚ ਵੀ ਕਰਦਾ। ਤੁਸੀਂ ਮੰਦਰ ਜਾਓਗੇ ਤੁਹਾਨੂੰ ਪੈਰ ਧੋਣ ਦੀ ਲੋੜ ਨਹੀਂ, ਗੁਰਦੁਆਰੇ ਜਾਓਗੇ ਤੁਸੀਂ ਆਪਣੇ ਹੱਥ ਪੈਰ ਸੁੱਚੇ ਕਰਕੇ ਜਾਓਗੇ। ਸਿੱਖ ਬਾਣੀ ਪੜ੍ਹਦਾ ਤਾਂ ਵੀ ਆਪਣੇ ਹੱਥ ਪੈਰ ਪਹਿਲਾਂ ਸੁੱਚੇ ਕਰਦਾ। ਜੇ ਭੈਣ ਲੰਗਰ ਤਿਆਰ ਕਰਦੀ ਆ ਪਹਿਲਾਂ ਵੀ ਆਪਣੇ ਹੱਥ ਸਾਬਣ ਨਾਲ ਧੋਂਦੀ ਆ। ਸਿੱਖ ਨੂੰ ਕਰੋਨਾ ਕਿੱਥੋਂ ਚਮੜੇਗਾ ਜਿਹਨੇ ਗੁਰੂ ਦੇ ਬਚਨਾਂ ਦੀ ਪਹਿਲਾਂ ਹੀ ਪਾਲਣਾ ਕੀਤੀ ਆ। ਸਹਿਜ ਸਾਨੂੰ ਹੁਣ ਡੱਕ ਰਹੀ ਹੋ, ਕਿਸੇ ਨੂੰ ਹੱਥ ਨਾ ਮਿਲਾਓ। ਤੇ ਮਹਾਰਾਜ ਦੇ ਬਚਨ ਆ ਕੇ ਆਵਤ ਸਿੰਘ ਜੋ ਪਾਵੇ ਫਤਿਹ ਬੁਲਾਵੇ, ਫਤਿਹ ਬੁਲਾਵੇ, ਭਾਵੇਂ ਇੱਕ ਆਉਂਦਾ ਤੇ ਭਾਵੇਂ 15 ਆਉਂਦੇ ਇਕੱਠੇ ਹੀ ਫਤਿਹ ਬੁਲਾ ਦੇ। ਗੁਰੂ ਕੇ ਸਿੱਖੋ, ਗੁਰੂ ਦੇ ਹਰ ਬਚਨ ਦੇ ਵਿੱਚ ਸੁੱਖ ਜੀ। ਜਿਹੜੇ ਮੈਡੀਕਲ ਸਾਨੂੰ ਹੁਣ ਡੱਕ ਰਿਹਾ ਵੀ ਜਦੋਂ ਤੁਸੀਂ ਜਨਤਕ ਥਾਵਾਂ ਤੋਂ ਹੋ ਕੇ ਆਉਂਦੇ ਜੇ ਆਪਣੇ ਵਸਤਰਾਂ ਨੂੰ ਪਹਿਲਾਂ ਆ ਕੇ ਧੋ, ਇਹਨਾਂ ਨੂੰ ਲਾਹ ਦਿਓ। ਪਤਾ ਨਹੀਂ ਜਿੱਥੇ ਤੁਸੀਂ ਬੈਠੇ ਜੇ ਇੱਥੇ ਕਿੰਨਾ ਕੁ ਮਟੀਰੀਆ ਅਗਲਾ ਛੱਡ ਕੇ ਗਿਆ। ਅਤੇ ਹੁਣ ਮੈਂ ਵੇਖਿਆ ਚੰਡੀਗੜ੍ਹ ਵਿੱਚ ਹਰ ਬੰਦਾ ਹਰ ਸੀਟ ਨੂੰ ਹਰ ਕੁਰਸੀ ਦੇ ਉੱਤੇ ਸੈਨੇਟਾਈਜ਼ਰ ਕੀਤਾ ਜਾਂਦਾ। ਔਰ ਗੁਰਮਤੀਏ ਸਿੱਖ ਜਦੋਂ ਬਾਹਰੋਂ ਆਉਂਦੇ ਹਨ ਉਦੋਂ ਹੀ ਸਾਰੀ ਇਹ ਕਿਰਿਆ ਕਰਦੇ, ਇਸ਼ਨਾਨ ਵੀ ਕਰਦੇ, ਆਪਣੇ ਵਸਤਰ ਵੀ ਧੋਂਦੇ। ਸਤਿਗੁਰੂ ਕਿਰਪਾ ਕਰੇ, ਆ ਪਿਛਲੇ ਦਿਨੀ ਮੈਂ ਦਵਾਈ ਲੈਣ ਗਿਆ ਅਤੇ ਡਾਕਟਰ ਦੀ 500 ਫੀਸ ਸੀ। ਜਦੋਂ ਮੈਂ ਉਹਨੂੰ ਰੁਪਈਆ 500 ਦੇਣ ਲੱਗਾ ਉਹਨੇ ਪੈਸੇ ਮੇਰੇ ਕੋਲੋਂ ਹੱਥ 'ਚ ਨਹੀਂ ਫੜੇ। ਉਹਨੇ ਇੱਕ ਚੀਨੀ ਦਾ ਭਾਂਡਾ ਜਲਿਆ ਸੀ, ਕਹਿੰਦਾ ਉਹਦੇ 'ਚ ਪਾ ਦਿਓ। ਮੈਂ ਕਿਹਾ ਤੁਸੀਂ ਹੱਥ 'ਚ ਕਿਉਂ ਨਹੀਂ ਪੈਸੇ ਫੜੇ? ਕਹਿੰਦੇ ਪਤਾ ਨਹੀਂ ਇਹਨੂੰ ਕਿੰਨਾ ਕੁ ਮਟੀਰੀਆ ਚੰਬੜਿਆ ਅਤੇ ਕਿੰਨੇ ਕਿੰਨੇ ਹੱਥਾਂ ਦੇ ਵਿੱਚ ਹੋ ਕੇ ਆਇਆ। ਇਹਨੂੰ ਪਹਿਲਾਂ ਸੈਨੇਟਾਈਜ਼ ਕਰਨਾ ਅਤੇ ਫਿਰ ਇਹਨੂੰ ਮੈਂ ਫੜਨਾ। ਮੇਰੇ ਗੁਆਂਢ ਵੀ ਡਾਕਟਰ ਅਤੇ ਆ ਕੇ ਵੀ ਡਾਕਟਰ। ਮੈਂ ਵੇਖਿਆ ਡਾਕਟਰ ਸਬਜ਼ੀ ਲਵੇ ਅਤੇ ਜਿਹੜਾ ਬਕਾਇਆ ਉਹਨੇ ਦਿੱਤਾ ਨਾ ਸਬਜ਼ੀ ਵਾਲੇ ਨੇ, ਉਹਨੇ ਲਫਾਫੇ 'ਚ ਹੀ ਪਾ ਲਿਆ, ਹੱਥ 'ਚ ਨਹੀਂ ਫੜਿਆ। ਟਕਸਾਲ ਵਿੱਚ ਗੁਰਮਤੀਆ ਸਿੱਖ ਵਾ ਭਾਈ ਸਰਜੀਤ ਸਿੰਘ ਸੋਧੀ। ਮੈਂ ਕਿਹਾ ਵੀ ਇਹਨੂੰ ਸੋਧੀ ਕਵਾਉਂਦੇ ਆ? ਕਹਿੰਦੇ ਵੀ ਹਰ ਚੀਜ਼ ਦੇ ਸੋਧ ਕੇ ਛਕਦਾ। ਲੰਗਰ ਬਣਾਉਣਾ ਸੋਧ ਕੇ, ਭਾਂਡੇ ਛਕਣਾ ਸੋਧ ਕੇ, ਜੇ ਫਾਲਾਉਣਾ ਤਾਂ ਉਹਨੂੰ ਵੀ ਸੋਧ ਕੇ ਛਕਣਾ ਉਹਨੇ। ਅਤੇ ਮੈਂ ਕਿਹਾ ਸੋਧੀ ਕਿੱਥੋਂ ਨਾ ਪਿਆ? ਕਹਿੰਦਾ ਇਹ ਪੈਸੇ ਵੀ ਸੋਧ ਦਿੰਦਾ। ਇਹ ਜਿਹੜੇ ਰੁਪਈਏ ਮੱਥਾ ਟੇਕਦਾ ਨਾ ਇਹ ਪਹਿਲਾਂ ਸਰਫਦਾਰੀ ਕੱਢਦਾ ਸਾਰਿਆਂ ਨੂੰ। ਮੈਂ ਕਿਹਾ ਵੀ ਸੋਜੀ ਸੋਧੀ ਦੇ ਪਹਿਲਾਂ ਸਾਡੇ ਤੋਂ ਸਿਆਣਾ ਸੀ ਜਿਹੜਾ ਇੰਨਾ ਸੁਚੇਤ ਹੋਇਆ ਸੀ। ਗੁਰੂ ਕੇ ਸਿੱਖੋ, ਗੁਰੂ ਦੇ ਹਰ ਬਚਨ ਦੇ ਵਿੱਚ ਸੁੱਖ ਅਤੇ ਸ਼ਾਂਤੀ ਹੈ, ਤੀਰਥ ਹੈ, ਉਹਦੇ ਵਿੱਚੋਂ ਕੁਝ ਲੱਭਦਾ ਜੇ ਅਸੀਂ ਗੁਰੂ ਦੇ ਬਚਨ ਪਾਲੀਏ। ਤੋ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਵਾਸਤੇ ਬੀਬੀ ਚਰਨਾ ਨੇ ਬੜੇ ਭਾਵਨਾ ਨਾਲ ਲੰਗਰ ਤਿਆਰ ਕੀਤਾ। 5 ਸਿੰਘਾਂ ਨੂੰ ਲੰਗਰ ਛਕਾਇਆ, ਹੱਥ ਸੁੱਚੇ ਕਰਾਏ, ਫਿਰ ਜਥਾ ਸ਼ਕਤ ਭੇਟਾ ਦਿੱਤੀ ਅਤੇ ਇੱਕ ਸਿੰਘ ਨੇ ਅਰਦਾਸ ਕੀਤੀ, ਦਾਣਾ ਪਾਣੀ ਗੁਰੂ ਕਾ ਟਹਿਲ ਭਾਵਨਾ ਸਿੱਖ ਦੀ ਲੇਖੇ ਲਾਉਣੀ ਤੇ ਸਿੱਖ ਦੇ ਮਨ ਦੇ ਸੰਕਲਪ ਸਤਿਗੁਰੂ ਪੂਰੇ ਕਰ ਦੇਣੇ। ਤੇ ਭਾਈ ਲਾਲ ਸਿੰਘ ਨੇ ਮਨ ਚ ਸੰਕਲਪ ਇਹ ਨਹੀਂ ਸੀ ਰੱਖਿਆ ਕਿ ਮਹਾਰਾਜ ਮੈਂ ਅੱਗੇ ਹੰਕਾਰ ਕਰ ਬੈਠਾ, ਮੈਨੂੰ ਹੁਣ ਮਾਫ ਕਰ ਦੀ। ਉਹਨੇ ਮਨ ਚ ਸੰਕਲਪ ਇਹ ਰੱਖਿਆ ਸੀ ਵੀ ਕਲਗੀਆਂ ਵਾਲਿਆ ਪਾਤਸ਼ਾਹ, ਜਦੋਂ ਮੈਂ ਤੇਰੇ ਦਰਬਾਰ ਵਿੱਚ ਇਹ ਢਾਲ ਲੈ ਕੇ ਆਵਾਂ ਨਾ ਮੇਰੀ ਇਹ ਢਾਲ ਨਾ ਟੁੱਟੇ। ਵਾਹਿਗੁਰੂ। ਇਹ ਅਰਦਾਸ ਕਰਕੇ ਮੰਜਲਾ ਮਾਰਦਾ ਆਨੰਦਪੁਰ ਸਾਹਿਬ ਪਹੁੰਚ ਗਿਆ। ਵਾਰੀ ਆਈ ਢਾਲ ਅੱਗੇ ਰੱਖਿਆ ਦਾ, ਮਹਾਰਾਜ ਇਹਨੂੰ ਹੁਣ ਪਰਖੋ। ਸਿੱਖ ਵੇਖ ਰਹੇ ਵੀ ਇਹਨੇ ਤੇ ਮਾਫੀਆਂ ਮੰਗਣੀਆਂ ਸੀ, ਇਹ ਅੱਗੇ ਨੂੰ ਵੀ ਔਖਾ ਜਾ ਕੁੰਦਾ। ਮਹਾਰਾਜ ਤਖਤ ਤੋਂ ਉੱਠੇ, ਕਹਿਣ ਲੱਗੇ ਵੀ ਲੈ ਚਲੋ ਇਹਨੂੰ ਸ਼ਹੀਦ
ਸ਼ਹੀਦੀ ਬਾਗ ਵਿੱਚ ਜਿੱਥੇ ਇੱਕ ਥੜਾ ਬਣਿਆ ਸੀ, ਜਿੱਥੇ ਮਹਾਰਾਜ ਆਪਣੇ ਸਿੱਖਾਂ ਨੂੰ ਫੌਜੀ ਟ੍ਰੇਨਿੰਗ ਦਿਆ ਕਰਦੇ ਸੀ। ਸੱਚ ਹੈ। ਮਹਾਰਾਜ ਕਹਿਣ ਲੱਗੇ, ਲਾਲ ਸਿੰਘ ਢਾਲ ਨੂੰ ਉਹ ਥੜੇ ਤੇ ਰੱਖ ਦੇ। ਭਾਈ ਲਾਲ ਸਿੰਘ ਨੇ ਕੱਲੀ ਢਾਲ ਹੀ ਨਹੀਂ ਦੇਖੀ, ਆਪ ਹੀ ਥੜੇ ਤੇ ਚੜ ਗਿਆ। ਮਹਾਰਾਜ ਕਹਿਣ ਲੱਗੇ, ਉਹ ਗੋਲੀ ਤੇ ਢਾਲ ਦੇ ਮਾਰਨੀ ਆ, ਤੂੰ ਇੱਥੇ ਬੈਠਾ ਕੀ ਕਰਦਾ? ਹੁਣ ਸੁਣਿਓ ਸਿੱਖੀ ਸ਼ਰਧਾ, ਅਰਦਾਸਾਂ ਤੇ ਆਪਾਂ ਵੀ ਕਰਦੇ ਹਾਂ, ਕੋਈ ਕਾਰਜ ਨਾਰਾਜ਼ ਹੋਏ ਤੇ ਫਿਰ ਮੜੀਆਂ ਮਸਾਣਾਂ ਤੇ ਕਬਰਾਂ ਨੂੰ ਪੂਜਨ ਤੁਰ ਜਾਂਦੇ ਹਾਂ। ਭਾਈ ਲਾਲ ਸਿੰਘ ਨੇ ਆਖਿਆ, ਮਹਾਰਾਜ ਜੀ ਤੁਸੀਂ ਗੋਲੀ ਚਲਵਾਓ, ਜੇ ਇਹ ਢਾਲ ਵੱਜੂਗੀ ਤਾਂ ਵੱਜੂਗਾ, ਨਹੀਂ ਤੇ ਜੀ ਕੇ ਕੀ ਲੈਣਾ। ਜਦੋਂ ਇੰਨਾ ਭਰੋਸਾ ਕਰ ਲਿਆ, ਫਿਰ ਕਲਗੀਆਂ ਵਾਲੇ ਦੇ ਦਰਬਾਰ ਵਿੱਚ ਭਾਈ ਮਾਨ ਸਿੰਘ ਰਿਹਾ ਕਰਦਾ ਸੀ, ਜੋ ਪਹਿਲੇ ਨੰਬਰ ਦਾ ਨਿਸ਼ਾਨੀ ਸੀ, ਚਾਂਚੀ ਸੀ। ਤੇ ਜੇ ਨਿਸ਼ਾਨਾ ਸ਼ੇਰ ਦਾ ਸਿਰ ਲੈ ਕੇ ਮਾਰਦਾ ਸੀ ਨਾ, ਗੋਲੀ ਦਾ ਨਿਸ਼ਾਨਾ ਸ਼ੇਰ ਦੇ ਸਿਰ 'ਚ ਵੱਜਦਾ ਸੀ। ਪਹਿਲੇ ਨੰਬਰ ਦਾ ਨਿਸ਼ਾਨਚੀ ਮਰ ਨੇ ਉਹਨੂੰ ਰਫਲ ਕਿਹੜੀ ਫੜਾਈ, ਕੰਨ ਘੋਰ ਕੰਨ ਕਹੀਏ ਬਦਲਾਂ ਨੂੰ, ਜਿਹੜੀ ਬਦਲਾਂ ਨੂੰ ਜੀਤ ਵਾਲੀ ਰਫਲ ਸੀ, ਮੇਰੇ ਪਾਤਸ਼ਾਹ ਨੇ ਭਾਈ ਮਾਨ ਸਿੰਘ ਨੂੰ ਫੜਾਤੀ। ਆਂਦੇ ਪਹਿਲਾ ਨਿਸ਼ਾਨਾ ਮਾਰਿਆ, ਨਿਸ਼ਾਨਾ ਨਹੀਂ ਵੱਜਾ। ਸਤਿਗੁਰੂ ਕਹਿਣ ਲੱਗੇ, ਮਾਨ ਸਿੰਘਾ ਤੇਰਾ ਨਿਸ਼ਾਨਾ ਕਿਉਂ ਨਹੀਂ ਵੱਜਾ? ਆਂਦਾ, ਮਹਾਰਾਜ ਜੀ ਪਤਾ ਨਹੀਂ ਕਿਉਂ ਨਹੀਂ ਵੱਜਾ। ਕਹਿਣ ਲੱਗੇ, ਹੋਰ ਭਰ ਕੇ ਮਾਰ ਕਿਹੜਾ, ਗੋਲੀਆਂ ਪੋਗੀਆਂ, ਦੂਜਾ ਫੈਰ ਭਰਿਆ, ਦੂਜਾ ਮਾਰਿਆ, ਦੂਜਾ ਵੀ ਪਾਸਿਓਂ ਦੀ ਨਿਕਲ ਗਿਆ। ਸਤਿਗੁਰੂ ਕਹਿਣ ਲੱਗੇ, ਮਾਨ ਸਿੰਘਾ ਤੇਰਾ ਨਿਸ਼ਾਨਾ ਕਦੀ ਖਾਲੀ ਨਹੀਂ ਸੀ ਗਿਆ, ਉਹ ਢਾਲ ਦੇ ਗਾੜੀ ਕੀ ਚਟਾਨ ਆ ਗਈ, ਉਹ ਤੇਰੀ ਗੋਲੀ ਕਿਉਂ ਨਹੀਂ ਵੱਜਦੀ? ਰਫਲ ਥੱਲੇ ਰੱਖਦੀ। ਆਂਦਾ, ਮਹਾਰਾਜ ਜੀ ਜਿਤਨਾ ਸੂਰਜ ਨੂੰ ਵੇਖ ਕੇ ਬੰਦੇ ਦੀਆਂ ਅੱਖਾਂ 'ਚ ਵਿਆ ਜਾਂਦੀਆਂ ਨਾ, ਮੈਨੂੰ ਤੇ ਉਸ ਢਾਲ ਵਿੱਚੋਂ ਹਜ਼ਾਰਾਂ ਸੂਰਜਾਂ ਦਾ ਚੰਨ ਮੇਰੀਆਂ ਅੱਖਾਂ 'ਚ ਪੈ ਰਿਹਾ, ਮਹਾਰਾਜ ਮੈਂ ਗੋਲੀ ਕਿੱਥੇ ਮਾਰਾਂ? ਸਤਿਗੁਰ ਨੇ ਫਿਰ ਆਪ ਰਫਲ ਚੁੱਕ ਲਈ ਆ। ਕਹਿਣ ਲੱਗੇ, ਤਗੜਾ ਹੋ ਜਾ ਲਾਲ ਸਿੰਘਾ, ਹੁਣ ਗੋਲੀ ਅਸੀਂ ਆਪ ਚਲਾਉਣੀ। ਸਤਿਗੁਰੂ ਪਾਤਸ਼ਾਹ ਨੇ ਜਦੋਂ ਰਫਲ ਚੁੱਕੀ, ਪੈਂਤਲਾ ਵੱਧਾ ਸਿਸਤ ਲਈ, ਪਰ ਸਤਿਗੁਰ ਨੇ ਘੋੜਾ ਨਾ ਦੱਬਿਆ। ਫਿਰ ਸਤਿਗੁਰਾਂ ਨੇ ਨਿਸ਼ਾਨਾ ਲਿਆ, ਗੋਲੀ ਸਤਿਗੁਰਾਂ ਫਿਰ ਨਾ ਚਲਾਈ। ਇਹਨਾਂ ਚਿਰ ਨੂੰ ਲਾਲ ਸਿੰਘ ਦਾ ਵੀ ਸਿੱਖਾਂ ਦੀ ਸੇਵਾ ਕਰਕੇ ਓਮੇ ਦਾ ਤਾਪ ਵਿੱਚੋਂ ਨਿਕਲ ਚੁੱਕਾ ਸੀ, ਥੜੇ ਤੋਂ ਥੱਲੇ ਆ ਗਿਆ। ਆਂਦਾ, ਮਹਾਰਾਜ ਜੀ ਗੋਲੀ ਚਲਵਾ ਲਿਓ, ਪਰ ਇੱਕ ਬਚਨ ਚੇਤੇ ਕਰੋ, ਤੁਸੀਂ ਆਖਿਆ ਸੀ ਵੀ ਦਿਨ 14 ਨੂੰ ਲੈ ਕੇ ਆ ਜੀ ਕਿਸੇ ਸਿੰਘ ਦੇ ਕੋਲੋਂ, ਗੋਲੀ ਮਾਰ ਕੇ ਤੇਰੀ ਢਾਲ ਦੀ ਪਰਖ ਕਰਾਂਗੇ। ਮਹਾਰਾਜ ਤੁਸੀਂ ਆਪ ਨਹੀਂ ਸੀ ਆਖਿਆ, ਮੈਂ ਤੇ ਆਪ ਬੰਦਿਆਂ ਦੀ ਗੱਲ ਕੀਤੀ ਸੀ। ਕਲਗੀਆਂ ਵਾਲੇ ਪਾਤਸ਼ਾਹ ਨੇ ਘੁੱਟ ਕੇ ਗੱਲ ਵੱਕੜੀ 'ਚ ਲੈ ਲਿਆ। ਜਿਤਨਾ ਪ੍ਰਦੇਸਾਂ 'ਚੋਂ ਆਏ ਪੁੱਤ ਨਾਲ ਮਾਂ ਪਿਆਰ ਕਰਦੀ ਹੈ ਨਾ, ਸਤਿਗੁਰੂ ਇਤਨਾ ਰੱਜ ਰੱਜ ਕੇ ਲਾਲ ਸਿੰਘ ਨਾਲ ਪਿਆਰ ਕਰ ਰਹੇ ਆ। ਲਾਗੋ ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਇਹਨਾਂ ਚੋਜਾਂ ਦੀ ਕੋਈ ਸਮਝ ਨਹੀਂ ਲੱਗੀ ਵੀ ਹੋ ਕੀ ਰਿਹਾ, ਤੁਸੀਂ 2 ਮਹਾਰਾਜ ਸਿਸਤ ਲਈ, ਪਰ ਤੁਸੀਂ ਗੋਲੀ ਕਿਉਂ ਨਾ ਢਾਲ ਦੇ ਮਾਰੀ? ਸਤਿਗੁਰੂ ਕਹਿਣ ਲੱਗੇ, ਪਿਆਰੇ ਦਇਆ ਸਿੰਘ ਜੀ ਤੈਨੂੰ ਕੀ ਦੱਸੀਏ, ਲਾਲ ਸਿੰਘ ਨੇ ਪ੍ਰਬੰਧ ਏਡੇ ਕਰੜੇ ਕਰ ਲਏ ਸੀ, ਓਏ ਢਾਲ ਨੂੰ ਤੇ 9 ਗੁਰੂਆਂ ਨੇ ਹੱਥ ਪਾਏ ਸੀ, ਅਸੀਂ ਨਿਸ਼ਾਨਾ ਕਿੱਥੇ ਮਾਰਦੇ? ਢਾਲ ਨੂੰ ਤੇ ਸ਼ਹੀਦਾਂ ਸਿੰਘਾਂ ਨੇ ਹੱਥ ਪਾਏ ਸੀ, ਅਸੀਂ ਗੋਲੀ ਕਿੱਥੇ ਚਲਾਉਂਦੇ? ਗੁਰੂ ਕੇ ਸਿੱਖੋ, ਜਦ ਗੁਰਮਤਿ ਸਮਾਗਮ ਵਿੱਚ ਆਏ ਜੇ ਨਾ, ਸਾਡਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਤੇ ਇੰਨਾ ਵੱਧ ਜੇ ਜਿੰਨਾ ਭਾਈ ਲਾਲ ਸਿੰਘ ਦਾ ਵੱਜਾ ਸੀ, ਫਿਰ ਸਾਡਾ ਬੇੜਾ ਸ਼ੋ ਸਾਗਰ ਚੋਂ ਪਾਰ ਹੋ ਜਾਏਗਾ।